ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੱਕ ਲੈਕਚਰ ਸਟਾਰਟ ਕਰ ਰਿਹਾ ਹਾਂ, ਇੱਕ ਟੋਪਿਕ ਸਟਾਰਟ ਕਰ ਰਿਹਾ ਹਾਂ ਜਿਹਦੇ ਵਿੱਚ ਆਪਾਂ ਪੰਜਾਬ ਦੇ ਕਿਸੇ ਵੀ ਸਰਕਾਰੀ ਐਗਜ਼ਾਮ ਵਿੱਚ ਆਉਣ ਵਾਲੇ ਪੰਜਾਬ ਦੀ ਜੀਕੇ ਨਾਲ ਰਿਲੇਟਡ ਸਾਰੇ ਕੁਐਸਚਨਾਂ ਦੇ ਆਪਾਂ ਰਿਵੀਜ਼ਨ ਕਰਾਂਗੇ। ਸੋ ਇਸ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਪਹਿਲੇ ਜਿਹੜੇ ਹੈਗੇ ਆ 40 questions 40 question ਆਨਸਰ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ, ਜਿਹੜੇ ਕਿ ਹਰੇਕ ਕਿਸੇ ਵੀ ਐਗਜ਼ਾਮ ਪਟਵਾਰੀ ਦਾ ਹੋਵੇ, ਚਾਹੇ ਹੈ ਨਾ ਪੰਜਾਬ ਪੁਲਿਸ ਦਾ, ਚਾਹੇ ਉਹ ਕਿਸੇ ਵੀ ਮਹਿਕਮੇ ਵਿੱਚ ਪੰਜਾਬ ਦੇ ਮਹਿਕਮੇ ਵਿੱਚ ਕਲਰਕ ਦਾ, ਉਹਦੇ ਵਿੱਚ ਘੱਟੋ ਘੱਟ 20-25 question ਜਿਹੜੇ ਪੰਜਾਬ ਦੀ ਨੌਲੇਜ ਬਾਰੇ ਆਉਂਦੇ ਆ ਜਾਂ ਉਹਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ। ਸੋ ਪਲੀਜ਼ ਆਪਣਾ ਚੈਨਲ ਐਕਸੈਪਟ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਓ, ਮੇਰੀ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਦੇ ਉੱਤੇ ਮੈਂ ਲੜੀ ਦਰ ਲੜੀ ਤੁਹਾਡੇ ਵਾਸਤੇ ਜਿਹੜੀ ਪੰਜਾਬ ਦੀ ਜਨਰਲ ਨੌਲੇਜ ਹੈ ਉਹਦੀ ਜਾਣਕਾਰੀ ਜਿਹੜੀ ਹੈ ਮੈਂ ਲੈ ਕੇ ਆਉਂਦਾ ਰਹਾਂਗਾ। ਸੋ ਚਲੋ ਅੱਜ ਆਪਾਂ ਪਹਿਲੀ ਵੀਡੀਓ ਸਟਾਰਟ ਕਰਦੇ ਹਾਂ, ਜਿਸ ਵਿੱਚ ਪੰਜਾਬ ਦੀ ਜਿਹੜੀ ਹੈਗੀ ਹੈ ਮੈਂ ਜਨਰਲ ਨੌਲੇਜ ਉਹਦੇ ਨਾਲ ਰਿਲੇਟਡ ਸਾਰੀਆਂ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਕੁਐਸਚਨਸ ਨੇ ਮਹੱਤਵਪੂਰਨ, ਉਹਨਾਂ ਦੀ ਜਾਣਕਾਰੀ ਸਾਂਝੀ ਕਰੂੰਗਾ। ਸੋ ਮੇਰੀ ਰਿਕੁਐਸਟ ਹੈ ਤੁਸੀਂ ਪੈੱਨ ਕਾਪੀ ਲੈ ਲਓ ਅਤੇ ਇਹਨਾਂ ਨੂੰ ਨਾਲ ਨਾਲ ਨੋਟ ਕਰਕੇ ਤੁਸੀਂ ਨੋਟਸ ਬਣਾ ਸਕਦੇ ਹੋ। ਤਾਂ ਚਲੋ ਵੀਡੀਓ ਸਟਾਰਟ ਕਰਦੇ ਹਾਂ, ਲੈਟਸ ਗੈਟ ਸਟਾਰਟਡ। ਹਾਂਜੀ ਦੋਸਤੋ, ਆਪਣੇ ਕੋਲ ਪਹਿਲਾ ਕੁਐਸਚਨ ਹੈਗਾ ਕਿ ਪੰਜਾਬ ਦਾ ਜਿਹੜਾ ਹੈ ਉਤਪੱਤੀ ਉਹ ਕਦੋਂ ਹੋਈ ਸੀਗੀ। ਵੈਸੇ ਤਾਂ 1947 ਤੋਂ ਬਾਅਦ ਪੰਜਾਬ 2-3 ਵਾਰ ਵੰਡਿਆ ਜਾ ਚੁੱਕਿਆ, ਪਰ ਜਿਹੜੀ ਭਾਸ਼ਾ ਦੇ ਆਧਾਰ 'ਤੇ ਜਾਂ ਧਰਮ ਦੇ ਆਧਾਰ 'ਤੇ ਜਿਹੜਾ ਪੰਜਾਬ ਨੂੰ ਪੱਕੇ ਤੌਰ 'ਤੇ 1 ਨਵੰਬਰ 1966 ਵਿੱਚ ਵੰਡਤਾ ਸੀਗਾ। ਮਤਲਬ ਕਿ ਉਦੋਂ ਪੰਜਾਬ ਦੇ ਵਿੱਚੋਂ ਹਰਿਆਣਾ ਅਤੇ ਹਿਮਾਚਲ ਜਿਹੜੇ ਅਲੱਗ ਅਲੱਗ ਹੋ ਗਏ ਸੀ, ਥੋੜ੍ਹਾ ਹਿੱਸਾ ਮੇਰੇ ਖਿਆਲ ਨਾਲ ਉੱਤਰਾਖੰਡ ਦਾ ਵੀ ਗਿਆ ਹੈਗਾ। ਸੋ ਪੰਜਾਬ ਦੀ ਉਤਪੱਤੀ 1 ਨਵੰਬਰ 1966 ਨੂੰ ਹੋਈ ਸੀਗੀ। ਅਤੇ ਦੂਸਰਾ ਆਪਣੇ ਕੋਲ ਪੰਜਾਬ ਦੀ ਜਿਹੜੀ ਰਾਜਧਾਨੀ, ਸਾਰਿਆਂ ਨੂੰ ਪਤਾ ਹੋਊਗਾ ਕਿ ਚੰਡੀਗੜ੍ਹ ਆ। ਜਿਹੜੀਆਂ ਪੰਜਾਬ ਦੀਆਂ ਸੀਮਾਵਾਂ ਨੇ, ਪੰਜਾਬ ਕਿਹੜੀਆਂ ਕਿਹੜੀਆਂ ਸੀਮਾਵਾਂ ਹੈ ਨਾ ਦੂਸਰੇ ਸਟੇਟਸ ਅਤੇ ਇੰਟਰਨੈਸ਼ਨਲ ਬਾਰਡਰ ਨਾਲ ਸ਼ੇਅਰ ਕਰਦਾ, ਉਹਨਾਂ ਵਿੱਚੋਂ ਪਹਿਲਾ ਹੈਗਾ ਅੰਤਰਰਾਸ਼ਟਰੀ ਪਾਕਿਸਤਾਨ ਦੀ ਸੀਮਾ ਹੈਗੀ। ਜਿਹੜਾ ਅੰਤਰਰਾਸ਼ਟਰੀ ਬਾਰਡਰ ਹੈਗਾ ਉਹ ਪਾਕਿਸਤਾਨ ਨਾਲ ਸ਼ੇਅਰ ਕਰਦਾ, ਅਤੇ ਜਿਹੜਾ ਜੰਮੂ ਕਸ਼ਮੀਰ ਇਹਦੇ ਗੁਆਂਢੀ ਸੂਬੇ ਨੇ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ। ਮਤਲਬ ਕਿ ਪੰਜਾਬ ਇੰਟਰਨੈਸ਼ਨਲ ਬਾਰਡਰ ਦੇ ਨਾਲ ਨਾਲ 4 ਜਿਹੜੇ ਸਟੇਟ ਹੈਗੇ ਸਟੇਟ ਬਾਰਡਰ ਵੀ ਸ਼ੇਅਰ ਕਰਦਾ ਹੈ। ਪੰਜਾਬ ਦਾ ਜਿਹੜਾ ਰਾਜਕੀਯ ਪਸ਼ੂ ਹੈਗਾ, ਰਾਜ ਪਸ਼ੂ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਹੈਗਾ ਕਾਲਾ ਹਿਰਨ, ਅਤੇ ਰਾਜ ਪੰਛੀ ਹੈਗਾ ਬਾਜ਼। ਇਹ ਤਾਂ ਮੇਰੇ ਖਿਆਲ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਸੋ ਫਿਰ ਵੀ ਚਲੋ ਨਾਲ ਨਾਲ ਤੁਸੀਂ ਨੋਟ ਕਰ ਲਓ, ਕਿਉਂਕਿ ਸਿਰੇ ਤੋਂ ਸਟਾਰਟ ਕਰ ਰਹੇ ਹਾਂ, ਇਹਦੇ ਵਿੱਚ ਸਾਰੇ ਕੁਐਸਚਨ ਹੋਣਗੇ ਜਿਹੜੇ ਆਪਾਂ ਨੂੰ ਹੈ ਨਾ ਲੋੜੀਂਦੇ ਨੇਗੇ ਸਾਰੇ ਐਗਜ਼ਾਮ ਦੇ ਵਿੱਚ। ਅਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜਿਹੜਾ ਆਪਣਾ ਰਾਜ ਦਰਖਤ ਹੈਗਾ, ਉਹ ਬੋਰਡ ਹੈ ਜਿਹਨੂੰ ਹਿੰਦੀ 'ਚ ਬਰਗਦ ਕਹਿ ਦਿੰਦੇ ਆ। ਅਤੇ ਜਿਹੜੀ ਆਪਣੀ ਰਾਜ ਭਾਸ਼ਾ ਹੈਗੀ ਪੰਜਾਬੀ ਆ, ਸਾਰਿਆਂ ਨੂੰ ਪਤਾ, ਮਾਣ ਹੈ ਪੰਜਾਬੀ ਹੋਣ ਦਾ। ਅਤੇ ਜਿਹੜਾ ਰਾਜ ਜਲ ਜੀਵ ਹੈ, ਜਿਹੜਾ ਪਾਣੀ ਵਾਲਾ ਜੀਵ ਹੈ ਆਪਣਾ ਰਾਜ ਕੀ ਹੈ, ਉਹ ਹੈਗਾ ਇੰਡਸ ਰਿਵਰ ਡੋਲਫਿਨ। ਠੀਕ ਹੈ, ਇੰਡਸ ਰਿਵਰ ਡੋਲਫਿਨ ਜਿਹੜਾ ਸੈਕਟਰੀਏਟ ਹੈ, ਜਿਹੜਾ ਸੈਕਟਰੀਏਟ ਹੈ ਜਿਹੜਾ ਆਪਣਾ ਉਹ ਚੰਡੀਗੜ੍ਹ ਵਿੱਚ ਹੈਗਾ, ਚੰਡੀਗੜ੍ਹ ਆਪਣਾ ਸੈਕਟਰੀਏਟ। ਅਤੇ ਸਭ ਤੋਂ ਜਿਹੜੀ ਮਤਲਬ ਕਿ ਆਪਣੀ ਉੱਚ ਅਦਾਲਤ ਹੈ ਜਿਹਨੂੰ ਆਪਾਂ ਹਾਈ ਕੋਰਟ ਕਹਿ ਦਿੰਦੇ ਹਾਂ, ਅਤੇ ਉਹ ਆਪਣੀ ਹੈਗੀ ਆ ਪੰਜਾਬ ਹਰਿਆਣਾ ਹਾਈ ਕੋਰਟ, ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਹੈਗੀ ਹੈਗੀ। ਹਾਂਜੀ ਚਲੋ ਅਗਲੇ ਕੁਐਸਚਨ ਵੱਲ ਵੱਧਦੇ ਹਾਂ ਆਪਾਂ। ਅਗਲਾ ਕੁਐਸਚਨ ਆਪਣੇ ਕੋਲ ਜਿਹੜਾ ਵੀ ਮਤਲਬ ਕਿ ਪੰਜਾਬ ਦਾ ਸਭ ਤੋਂ ਪਹਿਲਾ ਰਾਜਪਾਲ ਕੌਣ ਸੀਗਾ, ਪੰਜਾਬ ਦੇ ਸਭ ਤੋਂ ਪਹਿਲੇ ਰਾਜਪਾਲ ਦੀ ਗੱਲ ਕਰਦੇ ਹਾਂ ਆਪਾਂ ਇੱਥੇ। ਪੰਜਾਬ ਦਾ ਸਭ ਤੋਂ ਪਹਿਲਾ ਰਾਜਪਾਲ ਸੀਗਾ ਜਿਹੜਾ ਉਹ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਸੀਗਾ। ਗਾਇਸ ਜੇ ਤੁਹਾਨੂੰ ਆਪਣੀ ਜਿਹੜੀ ਹੈਡਰਾਈਟਿੰਗ ਨਹੀਂ ਸੋਹਣੀ ਲੱਗਦੀ, ਸਾਫ਼ ਸੁਥਰੀ ਨਹੀਂ ਤੁਹਾਨੂੰ ਸਮਝ ਆਉਂਦੀ, ਤਾਂ ਪਲੀਜ਼ ਤੁਸੀਂ ਮੈਂ ਬੋਲਦਾ ਤੁਸੀਂ ਨਾਲ ਨਾਲ ਨੋਟ ਕਰ ਸਕਦੇ ਹੋ, ਆਪਣੇ ਨਾਲੇ ਨੋਟਸ ਤਿਆਰ ਹੋ ਜਾਣਗੇ, ਲਿਖ ਕੇ ਤੁਹਾਡੇ ਜ਼ਿਆਦਾ ਯਾਦ ਰਹਿ ਸਕਦਾ, ਸੁਣਨ ਨਾਲ ਉਹਨਾਂ ਨਹੀਂ ਯਾਦ ਰਹਿੰਦਾ ਹੈਗਾ। ਸੋ ਅਗਲੇ ਆਪਣੇ ਕੋਲ ਹੈਗਾ ਪੈਪਸੂ, ਜਿਹੜੀ ਹੈਗੀ ਲਹਿਰ ਸੀ ਆਪਣੇ ਕੋਲ ਪੈਪਸੂ, ਪਟਿਆਲਾ ਰਿਆਸਤ ਸੀਗੀ, ਉਹਦੇ ਜਿਹੜੇ ਰਾਜ ਪ੍ਰਮੁੱਖ ਸੀਗੇ ਉਹ ਸੀਗੇ ਪਟਿਆਲੇ ਦੇ ਮਹਾਰਾਜੇ ਸੀਗੇ, ਰਾਜਾ ਸੀਗਾ ਯਾਦਵਿੰਦਰ ਸਿੰਘ। ਸੋ ਜਿਨ੍ਹਾਂ ਨੂੰ ਪੈਪਸੂ ਬਾਰੇ ਨਹੀਂ ਜ਼ਿਆਦਾ ਜਾਣਕਾਰੀ ਹੈਗੀ, ਮੈਂ ਉਹਨਾਂ ਵਾਸਤੇ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਲੈ ਕੇ ਆਵਾਂਗਾ। ਸੋ ਪੈਪਸੂ ਦੀ ਜਿਹੜੀ ਜਿੰਨੀ ਹਿਸਟਰੀ ਆ ਉਸ ਬਾਰੇ ਤੁਹਾਨੂੰ ਸਾਰੀ ਪੈਪਸੂ ਲਹਿਰ ਦੀ ਜਿਹੜੀ ਕੈਂਡੀਡੇਟ ਸੀ ਸਾਰਿਆਂ ਬਾਰੇ ਜਾਣਕਾਰੀ ਦੇਊਂਗਾ। ਸੋ ਫਿਲਹਾਲ ਆਪਾਂ ਜਿਹੜੀ ਆਪਾਂ ਮੇਨ ਜਨਰਲ ਨੌਲੇਜ ਦੀ ਗੱਲ ਕਰ ਰਹੇ ਹਾਂ, ਤਾਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ 'ਤੇ ਡਿਸਕਸ਼ਨ ਕਰਾਂਗੇ, ਉਹ ਅਲੱਗ ਤੋਂ ਮੈਂ ਵੀਡੀਓ ਟਾਈਮ ਨਹੀਂ ਲੱਗਿਆ ਤਾਂ ਬਣਾ ਕੇ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਊਂਗਾ। ਸੋ ਉਸ ਤੋਂ ਬਾਅਦ ਹੈਗਾ ਆਪਣੇ ਕੋਲ ਸੈਕਿੰਡ 10th ਕੁਐਸਚਨ ਹੈਗਾ ਆਪਣੇ ਕੋਲ ਕਿ ਪੰਜਾਬ ਦਾ ਸਭ ਤੋਂ ਪਹਿਲਾ ਮੁੱਖ ਮੰਤਰੀ ਕੌਣ ਰਿਹਾ। ਪੰਜਾਬ ਦਾ ਸਭ ਤੋਂ ਪਹਿਲਾ ਮੁੱਖ ਮੰਤਰੀ ਰਿਹਾ ਆਪਣੇ ਕੋਲ ਡਾਕਟਰ ਗੋਪੀ ਚੰਦ ਭਾਰਗਵ। ਇਸ ਪਲੀਜ਼ ਤੁਹਾਨੂੰ ਹੈਂਡਰਾਈਟਿੰਗ 'ਚ ਪ੍ਰੋਬਲਮ ਆਊਗੀ, ਤੁਸੀਂ ਨੋਟ ਕਰ ਲਓ, ਡਾਕਟਰ ਗੋਪੀ ਚੰਦ ਭਾਰਗਵ। ਅਤੇ ਉਸ ਤੋਂ ਬਾਅਦ ਪੈਪਸੂ ਦਾ ਸਭ ਤੋਂ ਪਹਿਲਾ ਮੁੱਖ ਮੰਤਰੀ, ਜਿਹੜੀ ਪੈਪਸੂ ਲਹਿਰ ਸੀ ਉਹਦਾ ਵੀ ਇੱਕ ਅਲੱਗ ਤੋਂ ਮੁੱਖ ਮੰਤਰੀ ਸੀਗਾ, ਪੈਪਸੂ ਰਿਆਸਤ ਰਹੀ ਹੈ 1966 ਤੋਂ ਪਹਿਲਾਂ, 56 ਮੇਰੇ ਖਿਆਲ ਨਾਲ 56 ਤੱਕ। ਸੋ ਉਹਦਾ ਜਿਹੜਾ ਮੁੱਖ ਮੰਤਰੀ ਸੀਗਾ, ਉਹਦਾ ਮੁੱਖ ਮੰਤਰੀ ਸੀ ਗਿਆਨ ਸਿੰਘ ਰਾਰੇਵਾਲ। ਇਹ ਰਾਰੇਵਾਲ ਹੈ, ਗਰੇਵਾਲ ਨਾਲ ਨਾ ਲਿਖਣਾ, ਸੋ ਰਾਰੇਵਾਲ ਹੈਗਾ। ਸੋ ਹੁਣ ਆਪਣੇ ਕੋਲ ਅਗਲਾ ਕੁਐਸਚਨ ਆਉਂਦਾ ਕਿ ਜਿਹੜਾ ਹਾਈ ਕੋਰਟ ਆਪਣੀ, ਇਹਦਾ ਸਭ ਤੋਂ ਪਹਿਲਾ ਜੱਜ ਕਿਹੜਾ ਸੀਗਾ, ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ ਉਹਦਾ ਸਭ ਤੋਂ ਪਹਿਲਾ ਜੱਜ ਸੀਗਾ ਜਸਟਿਸ ਰਾਮ ਲਾਲ, ਜਸਟਿਸ ਰਾਮ ਲਾਲ। ਅਤੇ ਪਹਿਲਾ ਸਪੀਕਰ ਕੌਣ ਸੀਗਾ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀਗਾ ਕਪੂਰ ਸਿੰਘ, ਤੁਸੀਂ ਇਹਨਾਂ ਨੂੰ ਨੋਟ ਕਰ ਲਓ, ਕਪੂਰ ਸਿੰਘ। ਪੰਜਾਬ ਦਾ ਸਭ ਤੋਂ ਪਹਿਲਾ ਲੋਕਪਾਲ ਕੌਣ ਸੀਗਾ, ਪੰਜਾਬ ਦਾ ਸਭ ਤੋਂ ਪਹਿਲਾ ਲੋਕਪਾਲ ਸੀਗਾ ਜਸਟਿਸ ਰੀਟਾ ਦਾ ਮਤਲਬ ਹੈ ਰਿਟਾਇਰਡ ਐੱਮ ਐੱਸ ਸੋਢੀ।
ਠੀਕ ਹੈ, ਜਸਟਿਸ ਰਿਟਾਇਰਡ ਹੈ ਜਿਹੜਾ ਐਮ ਐਸ ਸੋਢੀ ਸੀਗਾ, ਐਸ ਜੀ ਪੀ ਸੀ ਦਾ ਸਭ ਤੋਂ ਪਹਿਲਾਂ ਪ੍ਰਧਾਨ ਕੌਣ ਸੀਗਾ? ਐਸ ਜੀ ਪੀ ਸੀ ਮਤਲਬ ਕਿ ਜਿਹੜੀ ਆਪਣੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਪਹਿਲਾਂ ਇਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ, ਅਤੇ ਇਸ ਦਾ ਜਿਹੜਾ ਪਹਿਲਾ ਪ੍ਰਧਾਨ ਹੋਇਆ ਸੀਗਾ ਉਸਦਾ ਨਾਮ ਹੈਗਾ ਸੁੰਦਰ ਸਿੰਘ ਮਜੀਠਾ, ਜਿਹੜਾ ਕਿ 1920 ਤੱਕ ਰਿਹਾ। ਸੁੰਦਰ ਸਿੰਘ ਮਜੀਠਾ ਹੈਗਾ ਇਹ 1920 ਤੱਕ ਰਿਹਾ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬਾਬਾ ਖੜਕ ਸਿੰਘ ਸੀਗਾ ਇਹਨਾਂ ਨੂੰ ਬਣਾ ਦਿੱਤਾ ਸੀਗਾ ਪ੍ਰਧਾਨ। ਜਿਹੜਾ ਇਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਉਹ ਸਿੱਖ ਗੁਰਦੁਆਰਾ ਐਕਟ ਹੈ ਜਿਹੜਾ 1925 ਤੋਂ ਬਾਅਦ ਲਾਗੂ ਹੋਣ ਤੋਂ ਬਾਅਦ ਇਹਨਾਂ ਨੇ ਖੜਕ ਸਿੰਘ ਨੂੰ ਇਹਨਾਂ ਦਾ ਪ੍ਰਧਾਨ ਬਣਾਤਾ ਸੀਗਾ। ਸਿੱਖ ਐਕਟ, ਸਿੱਖ ਗੁਰਦੁਆਰਾ ਐਕਟ 1925 ਤੋਂ ਲਾਗੂ ਹੋਣ ਤੋਂ ਬਾਅਦ 1920 ਤੱਕ ਜਿਹੜੇ ਰਹੇ ਹੈਗੇ, 1920 ਤੋਂ 25 ਤੱਕ ਸੁੰਦਰ ਸਿੰਘ ਮਜੀਠਾ ਰਹੇ ਹੈਗੇ ਇਹਨਾਂ ਦੇ ਪ੍ਰਧਾਨ। ਵਰਤਮਾਨ ਜਿਹੜੇ ਮੁੱਖ ਮੰਤਰੀ ਆ ਉਹ ਆਪਣੇ ਕੋਲ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਆ, ਅਤੇ ਵਰਤਮਾਨ ਜਿਹੜਾ ਆਪਣਾ ਰਾਜਪਾਲ ਹੈ ਉਹ ਆਪਣਾ ਬੀਪੀ ਸਿੰਘ ਬਦਨੌਰ ਆ, ਅਤੇ ਵਰਤਮਾਨ ਵਿਧਾਨ ਸਭਾ ਸਪੀਕਰਾਂ ਦੀ ਜਿਹੜੀ ਸਪੀਕਰ ਹੈ ਜਿਹੜਾ ਉਹ ਆਪਣੇ ਕੋਲ ਕੌਣ ਆ? ਵਰਤਮਾਨ ਵਿਧਾਨ ਸਭਾ ਸਪੀਕਰ ਹੈਗਾ ਰਾਣਾ ਕੇ ਪੀ ਸਿੰਘ, ਅਤੇ ਉਸ ਤੋਂ ਬਾਅਦ ਵਿਧਾਨ ਵਰਤਮਾਨ ਉਪ ਸਪੀਕਰ ਦੀ ਜਿਹੜੀ ਵਿਧਾਨ ਸਭਾ 'ਚ ਨਿਯੁਕਤੀ ਆ ਉਹ ਅਜਾਇਬ ਸਿੰਘ ਭੱਟੀ ਦੀ ਹੋਈ ਹੋਈ ਆ। ਸੋ ਐਸ ਜੀ ਪੀ ਸੀ ਦਾ ਵਰਤਮਾਨ ਪ੍ਰਧਾਨ, ਉਹ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਰਤਮਾਨ ਪ੍ਰਧਾਨ ਹੈ ਉਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੈ, ਤੁਸੀਂ ਨੇ ਦੇਖੀ ਹੋਣਾ ਨਿਊਜ਼ 'ਚ ਮੋਸਟ ਜਿਹੜਾ ਰਹਿੰਦਾ ਨਾ ਚਰਚਾ 'ਚ ਐਸ ਜੀ ਪੀ ਸੀ ਦੇ। ਤੋ ਪੰਜਾਬ 'ਚ ਜਿਹੜੀ ਲੋਕਪਾਲ ਹੈਗੀ ਉਹਦੀ ਜਿਹੜੀ ਪੋਸਟ ਆ ਉਹ ਖਾਲੀ ਹੈ, ਕੋਈ ਇਹਦੇ 'ਤੇ ਕੈਂਡੀਡੇਟ ਅਵੇਲੇਬਲ ਨਹੀਂ ਆ। ਅਤੇ ਹੁਣ ਆਪਾਂ ਗੱਲ ਕਰਾਂਗੇ ਜਿਹੜੀ ਪੰਜਾਬ ਦੀ ਹੈਗੀ ਆ ਭੂਗੋਲਿਕ ਬਣਤਰ, ਭੂਗੋਲਿਕ ਢਾਂਚਾ, ਪੰਜਾਬ ਦਾ ਜਿਹੜਾ ਭੂਗੋਲਿਕ ਢਾਂਚਾ ਹੈ ਉਸਦੇ ਖੇਤਰਫਲ ਬਾਰੇ, ਉਸਦੀ ਜਿਹੜੀ ਹੈਗੀ ਹੈ ਕੀ ਦਿਸ਼ਾ ਨਿਰਦੇਸ਼ ਨੇ, ਉਸਦੇ ਦਿਸ਼ਾ ਨੇਗੀਆਂ ਆਪਣੀਆਂ ਲੈਟੀਟਿਊਡ ਲੌਂਗੀਟਿਊਡ 'ਤੇ, ਸੋ ਉਹਨਾਂ ਬਾਰੇ ਡਿਸਕਸ਼ਨ ਕਰਾਂਗੇ। ਪੰਜਾਬ ਦਾ ਖੇਤਰਫਲ ਹੈ ਜਿਹੜਾ ਉਹ 50,362 ਵਰਗ ਕਿਲੋਮੀਟਰ ਹੈਗਾ, 50,362 ਕਿਲੋ ਵਰਗ ਕਿਲੋਮੀਟਰ। ਅਤੇ ਉਹਦੇ ਵਿੱਚੋਂ ਆਪਣੇ ਕੋਲ ਪੇਂਡੂ ਏਰੀਆ ਜਿਹੜਾ, ਪੇਂਡੂ ਆਪਣੇ ਕੋਲ ਖੇਤਰਫਲ ਹੈਗਾ 48,265 ਕਿਲੋਮੀਟਰ ਵਰਗ ਕਿਲੋਮੀਟਰ, ਜਿਹੜਾ ਕਿ ਆਪਣਾ ਟੋਟਲ ਦਾ ਬਣਦਾ 96%। ਠੀਕ ਹੈ, ਟੋਟਲ ਦਾ ਆਪਣਾ ਜਿਹੜਾ ਬਣਦਾ 96%। ਅਤੇ ਆਪਣੇ ਕੋਲ ਸ਼ਹਿਰੀ ਜਿਹੜਾ ਖੇਤਰਫਲ ਹੈਗਾ ਉਹ ਹੈਗਾ 2097, ਮਤਲਬ ਕਿ 2097 ਵਰਗ ਕਿਲੋਮੀਟਰ ਬਣਦਾ 0.4%। ਠੀਕ ਹੈ, ਇਹ ਆਪਾਂ ਨੇ ਨੋਟ ਕਰ ਲੈਣਾ ਕਿ ਆਪਣੇ ਕੋਲ ਕੀ ਚੀਜ਼ ਕਿੰਨੀ ਆ। ਜੇ ਆਪਾਂ ਗਲੋਬ ਦੇ ਆਪਾਂ ਅਕਸ਼ਾਂਸ਼ 'ਤੇ ਦੇਖੀਏ, ਪੰਜਾਬ ਦੀ ਜਿਹੜੀ ਹੈਗੀ ਹੈਗੀ ਲੋਕੇਸ਼ਨ ਹੈ ਜਿਹੜਾ, ਹੈ ਨਾ, ਉਹ ਹੈਗਾ ਗਾ 29°30' ਉੱਤਰ ਤੋਂ ਲੈ ਕੇ 32°32' ਉੱਤਰ ਤੱਕ, ਮਤਲਬ ਕਿ ਜੇ ਆਪਾਂ ਅਕਸ਼ਾਂਸ਼ 'ਤੇ ਦੇਖੀਏ। ਅਤੇ ਲੇਟੀਆਂ ਰੇਖਾਵਾਂ 'ਤੇ ਉਹ ਹੈਗੀ ਆ, ਖੜਵੀਆਂ ਰੇਖਾਵਾਂ 'ਤੇ ਉਹ ਹੈਗੀ ਆ 29°30' ਉੱਤਰ ਤੋਂ 32°32' ਉੱਤਰ ਤੱਕ। ਠੀਕ ਹੈ, ਜੇ ਆਪਾਂ ਲੰਬਕਾਰ 'ਤੇ ਦੇਖੀਏ, ਲੰਬਕਾਰ 'ਤੇ ਇਸਦੀ ਹੈਗੀ ਹੈਗੀ 73°55' ਪੂਰਬ ਤੋਂ ਲੈ ਕੇ 76°50' ਪੂਰਬ ਤੱਕ। ਠੀਕ ਹੈ, ਇਹ ਤੁਸੀਂ ਆਪਣਾ ਇੱਕ ਵਾਰ ਮੈਪ ਕਲੀਅਰ ਕਰ ਲਿਓ, ਤੁਹਾਨੂੰ ਮੈਪ ਵੀ ਦੇਖਣਾ ਆਉਣਾ ਚਾਹੀਦਾ, ਅਤੇ ਤੁਹਾਡੇ ਮਾਇੰਡ 'ਚ ਇੱਕ ਇੱਦਾਂ ਦਾ ਮੈਪ ਬਣਨਾ ਚਾਹੀਦਾ ਕਿ ਜੇ ਆਪਾਂ ਕਿਸੇ ਵੀ ਏਰੀਏ ਦੀ ਗੱਲ ਕਰੀਏ, ਕਿਸੇ ਵੀ ਜ਼ਿਲ੍ਹੇ ਦੀ ਗੱਲ ਕਰੀਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਦੁਨੀਆ ਦੇ ਨਕਸ਼ੇ 'ਤੇ ਇੰਡੀਆ ਦੇ ਨਕਸ਼ੇ 'ਤੇ ਕਿਹੜੀ ਚੀਜ਼ ਕਿੱਥੇ ਆ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਦੇਖੀਏ ਇਹਨਾਂ ਦਾ ਜੰਗਲੀ ਖੇਤਰਫਲ, ਮਤਲਬ ਕਿ ਜਿਹੜਾ ਜੰਗਲਾਂ ਹੇਠ ਭੂਮੀ ਆਉਂਦੀ ਆ ਉਹਦਾ ਕਿੰਨਾ ਖੇਤਰਫਲ ਹੈਗਾ, ਉਹਦਾ ਹੈਗਾ ਗਾ ਤਕਰੀਬਨ 2,442 ਵਰਗ ਕਿਲੋਮੀਟਰ, ਜਿਹੜਾ ਕਿ ਪੂਰੀ ਖੇਤਰਫਲ ਦਾ 4.84% ਬਣਦਾ ਹੈ। ਠੀਕ ਹੈ, ਅੱਗੇ ਵੱਧਦੇ ਹਾਂ ਆਪਾਂ 26ਵੇਂ ਕੁਐਸਚਨ ਵੱਲ। ਅਤੇ ਜਿਹੜੀ ਆਪਣੀ ਪੰਜਾਬ ਦੀ ਸਮੁੰਦਰ ਤਲ ਤੋਂ ਉੱਚਾਈ ਹੈ, ਇਹ ਮੋਸਟਲੀ ਤੁਹਾਨੂੰ ਬਾਅਦ 'ਚ ਦੱਸੂਗਾ ਸਮੁੰਦਰ ਤਲ ਤੋਂ ਉੱਚਾਈ ਕਿਉਂ ਮਾਪੀ ਜਾਂਦੀ ਆ। ਅਤੇ ਜਿਹੜੀ ਸਮੁੰਦਰ ਤਲ ਤੋਂ ਪੰਜਾਬ ਦੀ ਉੱਚਾਈ ਹੈ ਉਹ ਹੈਗੀ 180 ਤੋਂ 300 ਮੀਟਰ। ਜਿਹੜੀ ਪੰਜਾਬ ਵਿੱਚ ਮੀਂਹ ਪੈਣ ਦੀ ਜਿਹੜੀ ਮਾਤਰਾ ਹੈ ਉਹ ਤਕਰੀਬਨ 4,930 ਵਰਗ ਮਿਲੀਮੀਟਰ ਦੇ ਹਿਸਾਬ ਨਾਲ ਹੈ, ਕਿਉਂਕਿ ਪੰਜਾਬ ਵਿੱਚ ਮੋਸਟਲੀ ਸੌਣ ਭਾਦੋਂ ਦੇ ਮਹੀਨੇ ਮੀਂਹ ਪੈਂਦਾ, ਮਤਲਬ ਕਿ ਜੂਨ ਜੁਲਾਈ ਅਗਸਤ ਮੱਧ ਜੂਨ ਹੁੰਦਾ ਆਪਣੇ ਕੋਲ। ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਜਿਹੜੀਆਂ ਪ੍ਰਬੰਧਕੀ ਇਕਾਈਆਂ ਨੇ ਪੰਜਾਬ ਦੀਆਂ, ਉਹਨਾਂ ਬਾਰੇ ਗੱਲ ਕਰਾਂਗੇ ਹੁਣ ਆਪਾਂ। ਪੰਜਾਬ ਦੀਆਂ ਜਿਹੜੀਆਂ ਪ੍ਰਬੰਧਕੀ ਇਕਾਈਆਂ ਨੇ ਉਹਦੇ ਵਿੱਚ ਆਪਣੇ ਕੋਲ ਕੁਐਸਚਨ ਜ਼ਿਆਦਾਤਰ ਆਉਂਦੇ ਨੇ ਕਿ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਨੇ। ਪੰਜਾਬ ਦੀਆਂ 5 ਡਿਵੀਜ਼ਨਾਂ ਨੇਗੀਆਂ ਅਤੇ ਜ਼ਿਲ੍ਹੇ 22 ਨੇ ਜਿਹੜੇ ਹੁੰਦੇ ਨੇ। ਠੀਕ ਹੈ, ਨਵੇਂ ਜ਼ਿਲ੍ਹੇ ਬਣੇ ਨੇ ਜਿਹੜੇ, ਦੋ ਆਪਣੇ ਕੋਲ, ਇੱਕ ਆਪਣੇ ਕੋਲ ਬਣਿਆ ਪਠਾਨਕੋਟ ਗੁਰਦਾਸਪੁਰ ਵਿੱਚੋਂ ਨਿਕਲਿਆ ਇਹ, ਅਤੇ ਜਿਹੜਾ ਫਾਜ਼ਿਲਕਾ ਬਣਿਆ ਉਹ ਫਿਰੋਜ਼ਪੁਰ ਵਿੱਚੋਂ ਨਿਕਲਿਆ, ਦੋ ਨਵੇਂ ਜ਼ਿਲ੍ਹੇ ਬਣੇ ਨੇ। ਅਤੇ ਜਿਹੜੀਆਂ ਆਪਣੇ ਕੋਲ ਤਹਿਸੀਲਾਂ ਜਾਂ ਸਬ ਡਿਵੀਜ਼ਨਾਂ ਕਹਿ ਦਿੰਦੇ ਹਾਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਸੋ ਆਪਣੇ ਕੋਲ ਜਿਹੜੀਆਂ 91 ਤਹਿਸੀਲਾਂ ਨੇਗੀਆਂ ਸਬ ਡਿਵੀਜ਼ਨਾਂ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ 91, ਅਤੇ ਉਹਨਾਂ ਵਿੱਚੋਂ ਆਪਣੇ ਕੋਲ ਜਿਹੜੀਆਂ ਨਵੀਆਂ ਬਣੀਆਂ ਨੇਗੀਆਂ 9 ਤਹਿਸੀਲਾਂ ਆਪਣੇ ਕੋਲ ਨਵੀਆਂ ਬਣੀਆਂ ਨੇ, ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੰਦਾ। ਜਿਹੜੀ ਦਿੜਬਾ ਸੰਗਰੂਰ ਜ਼ਿਲ੍ਹੇ 'ਚੋਂ ਬਣੀ ਆ, ਠੀਕ ਹੈ, ਮਜੀਠਾ ਅੰਮ੍ਰਿਤਸਰ ਸਾਹਿਬ 'ਚੋਂ ਬਣੀ ਆ, ਅਤੇ ਭਿੱਖੀਵਿੰਡ ਬਣੀਆਂ ਤਰਨ ਤਾਰਨ 'ਚੋਂ, ਅਤੇ ਮੋਰਿੰਡਾ ਬਣੀਆਂ ਰੂਪਨਗਰ 'ਚੋਂ, ਦੁੱਧਾਂ ਸਾਧਾਂ ਬਣੀਆਂ ਪਟਿਆਲਾ 'ਚੋਂ, ਅਤੇ ਕਲਾਨੌਰ ਬਣੀਆਂ ਗੁਰਦਾਸਪੁਰ 'ਚੋਂ, ਅਹਿਮਦਗੜ੍ਹ ਅਤੇ ਭਵਾਨੀਗੜ੍ਹ। ਅਹਿਮਦਗੜ੍ਹ ਵੀ ਇੱਕ ਤਹਿਸੀਲ ਹੈ, ਭਵਾਨੀਗੜ੍ਹ ਵੀ ਇੱਕ ਤਹਿਸੀਲ ਹੈ, ਇਹ ਦੋਨੇ ਬਣੀਆਂ ਨੇ ਸੰਗਰੂਰ ਜ਼ਿਲ੍ਹੇ 'ਚੋਂ, ਅਤੇ ਜਿਹੜੀ ਦੀਨਾਨਗਰ ਹੈ ਉਹ ਵੀ ਇੱਕ ਸੰਗਰੂਰ ਜ਼ਿਲ੍ਹੇ 'ਚੋਂ ਬਣੀ ਹੈ। ਬਾਕੀ ਦੀਨਾਨਗਰ ਮੈਂ ਕਨਫਰਮ ਕਰਨਾ ਕਿ ਪੰਜਾਬ ਦੇ ਵਿੱਚ ਇੱਕ ਦੀਨਾਨਗਰ ਗੁਰਦਾਸਪੁਰ ਸਾਈਡ ਵੀ ਹੈ, ਉਸਦੀ ਵੀ ਜਾਣਕਾਰੀ ਦੇਖਦੇ ਹਾਂ। ਅਤੇ ਆਪਣੇ ਕੋਲ ਜਿਹੜੀ ਵਿਧਾਨ ਸਭਾ ਹੈਗੀ ਆਪਣੇ ਕੋਲ ਉਹ ਇੱਕ ਸਦਨੀ ਹੈ, ਵਿਧਾਨ ਸਭਾ ਇੱਕ ਸਦਨੀ ਹੈ, ਅਤੇ ਆਪਣੇ ਕੋਲ ਸਬ ਤਹਿਸੀਲਾਂ ਨੇ ਜਿਹੜੀਆਂ 81 ਨੇ, ਸਬ ਤਹਿਸੀਲਾਂ 81 ਨੇ, ਬਲਾਕ ਆਪਣੇ ਕੋਲ 150 ਨੇ, ਠੀਕ ਹੈ, ਕਸਬੇ ਜਿਹੜੇ 1,00,000 ਤੋਂ ਵੱਧ ਆਬਾਦੀ ਵਾਲੇ ਨੇ ਉਹ 143 ਨੇ, ਅਤੇ ਆਪਣੇ ਕੋਲ ਸ਼ਹਿਰ ਨੇ ਜਿਹੜੇ ਆਪਣੇ ਮੇਨ ਸ਼ਹਿਰ ਬਚਦੇ ਆ ਜਿਨ੍ਹਾਂ
ਸ਼ਹਿਰ ਕਹਿ ਸਕਦੇ ਹਾਂ ਆਪਾਂ, ਉਹ ਆਪਣੇ ਕੋਲ ਹੈਗੇ ਨੇਗੇ 74 74 ਅਤੇ ਜਿਹੜੇ ਆਬਾਦ ਪਿੰਡ ਨੇ, ਜਿਹੜੇ ਆਪਣੇ ਪਿੰਡ ਨੇ ਨਿੱਕੇ ਮੋਟੇ ਪਿੰਡ ਵੱਡੇ ਪਿੰਡ ਜਿਹੜੇ ਆਪਣੇ ਹੈਗੇ ਜਿਨ੍ਹਾਂ ਦੀ ਆਬਾਦੀ 1 ਲੱਖ ਤੋਂ ਘੱਟ ਹੈ, ਉਹ ਆਪਣੇ ਕੋਲ ਹੈਗੇ ਨੇਗੇ 12,581 ਪਿੰਡ ਪੰਜਾਬ ਵਿੱਚ ਹੈਗੇ ਨੇ। ਅਤੇ ਉਸ ਤੋਂ ਬਾਅਦ ਆਪਣੇ ਕੋਲ ਜ਼ਿਲ੍ਹਾ ਪ੍ਰੀਸ਼ਦਾਂ ਨੇਗੀਆਂ 22, ਕਿਉਂਕਿ 22 ਜ਼ਿਲ੍ਹੇ ਨੇ ਤਾਂ ਹਰੇਕ ਜ਼ਿਲ੍ਹੇ ਦੀ ਆਪਣੀ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ। ਮਿਊਂਸੀਪਲ ਕਮੇਟੀਆਂ ਨੇ ਆਪਣੇ ਕੋਲ 166, ਇਹ ਤੁਸੀਂ ਨੋਟ ਕਰ ਲਿਓ ਨਾਲ ਦੀ ਨਾਲ। ਅਤੇ ਜਿਹੜੇ ਨਗਰ ਸੁਧਾਰ ਟਰੱਸਟ ਨੇ ਆਪਣੇ ਕੋਲ ਉਹ 23 ਨੇ, ਨਗਰ ਸੁਧਾਰ ਟਰੱਸਟ ਆਪਣੇ ਕੋਲ ਜਿਹੜੇ ਹੈਗੇ ਆ ਉਹ 23 ਨੇ, ਤੁਸੀਂ ਇਹਨਾਂ ਨੂੰ ਵੀ ਨੋਟ ਕਰਕੇ ਰੱਖ ਲਓ। ਅਤੇ ਉਸ ਤੋਂ ਅੱਗੇ ਆਪਾਂ ਵੱਧਦੇ ਆਪਣੇ ਅਗਲੇ ਕੁਐਸਚਨ ਵੱਲ। ਅਤੇ ਜਿਹੜੇ ਨਗਰ ਨਿਗਮ ਨੇ ਪੰਜਾਬ ਦੇ ਵਿੱਚ ਉਹ 13 ਨੇਗੇ। 13 ਕਿਹੜੇ ਕਿਹੜੇ ਨੇ? ਨਗਰ ਨਿਗਮ ਨੇ ਜਿਹੜੇ 13 ਨੇ, 13 ਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ, ਮੋਹਾਲੀ, ਫਗਵਾੜਾ, ਪਠਾਨਕੋਟ, ਮੋਗਾ, ਹੁਸ਼ਿਆਰਪੁਰ, ਬਟਾਲਾ, ਕਪੂਰਥਲਾ ਅਤੇ ਅਬੋਹਰ, ਇਹ ਆਪਣੇ ਕੋਲ ਜਿਹੜੇ ਹੈਗੇ ਨੇ ਨਗਰ ਨਿਗਮ ਨੇਗੇ। ਅਤੇ ਅੱਗੇ ਗੱਲ ਕਰਦੇ ਆਪਾਂ ਲੋਕ ਸਭਾ ਹਲਕੇ, ਆਪਣੇ ਕੋਲ 13 ਨੇਗੇ। ਰਾਜ ਸਭਾ ਹਲਕੇ 7 ਨੇ ਅਤੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹ 117 ਨੇਗੇ। ਇਹ ਚੀਜ਼ਾਂ ਵੀ ਤੁਸੀਂ ਨੋਟ ਕਰਕੇ ਰੱਖ ਲੈਣੀਆਂ ਨੇ। ਅਤੇ ਹੁਣ ਆਪਾਂ ਜਿਹੜੇ ਪਿਛਲੇ ਲਾਸਟ ਕੁਐਸਚਨ ਦੇ ਨੇ 40 ਦੇ ਵਿੱਚੋਂ, ਉਹਨਾਂ ਦੇ ਲਾਸਟ 'ਤੇ ਪਹੁੰਚ ਚੁੱਕੇ ਹਾਂ। ਇਹਨਾਂ ਵਿੱਚੋਂ ਜਿਹੜੇ ਖੇਤੀਬਾੜੀ ਨਾਲ ਰਿਲੇਟਡ ਆਪਾਂ ਸਰਵੇਖਣ ਕੀਤੇ ਹੋਏ ਆ ਨਾ, 2017-18 ਦੀ ਸਰਵੇਖਣ ਅਨੁਸਾਰ ਆਪਾਂ ਖੇਤੀਬਾੜੀ ਦੀ ਗੱਲ ਕਰਦੇ ਹਾਂ। ਜਿਹੜੀ ਖੇਤੀਬਾੜੀ ਕੋਲ ਨਿਰੋਲ ਬੀਜਿਆ ਹੋਇਆ ਰਕਬਾ, ਜਿਹੜਾ ਨਿਰੋਲ ਰਕਬਾ ਹੁੰਦਾ, ਉਹ ਆਪਣੇ ਕੋਲ ਹੈਗਾ 41,25,000 ਹੈਕਟੇਅਰ। ਇਹ 2017-18 ਦੀ ਜਿਹੜੀ ਸਰਵੇਖਣ ਉਹਦੇ ਅਕੋਰਡਿੰਗ ਹੈ। ਅਤੇ ਜਿਹੜਾ ਆਪਣੇ ਕੋਲ ਕੁੱਲ ਬੀਜਿਆ ਹੋਇਆ ਰਕਬਾ ਉਹ ਹੈਗਾ ਆਪਣੇ ਕੋਲ 78,25,000 ਹੈਕਟੇਅਰ, ਠੀਕ ਆ। ਅਤੇ ਉਸ ਤੋਂ ਬਾਅਦ ਆਪਣੇ ਕੋਲ ਫਸਲੀ ਘਣਤਾ ਵੀ, ਆਪਾਂ ਕਿੰਨੀ ਘਣਤਾ ਦੇ ਨਾਲ ਫਸਲ ਹੈ ਜਿਹੜੀ ਆਪਣੇ ਕੋਲ ਹੁੰਦੀ ਆ ਉਹ ਹੈਗੀ 99%, ਠੀਕ ਆ। ਇਹ ਸੀਗੇ ਪੰਜਾਬ ਦੀ ਜਿਹੜੀ ਮਤਲਬ ਕਿ ਨੌਲੇਜ ਨਾਲ ਰਿਲੇਟਡ ਆਪਣੇ ਕੁਛ 40 ਮੇਨ ਪ੍ਰਸ਼ਨ ਉੱਤਰ। ਸੋ ਇਹਨਾਂ ਨੂੰ ਤੁਸੀਂ ਨੋਟ ਕਰਕੇ ਰੱਖ ਲਓ, ਕਿਉਂਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਉਣਗੇ ਆਉਣਗੇ, ਕਿਉਂਕਿ ਹੁਣ ਅੱਗੇ 2022 ਆ ਰਿਹਾ, ਕਲਰਕ ਦੀਆਂ ਪੋਸਟਾਂ ਕਿਸੇ ਵੀ ਬੈਂਕ ਦੇ ਵਿੱਚ ਆਉਂਦੀਆਂ ਨੇ, ਪੰਜਾਬ ਦੇ ਵਿੱਚ ਆਉਂਦੀਆਂ ਨੇ, ਤਾਂ ਪੰਜਾਬ ਨਾਲ ਰਿਲੇਟਡ ਕੁਐਸਚਨ ਆਉਣਗੇ ਹੀ ਆਉਣਗੇ। ਸੋ ਇਹ ਆਪਣੀ ਪਹਿਲੀ ਵੀਡੀਓ ਹੈ, ਇਸ ਵਿੱਚ ਆਪਾਂ ਅੱਗੇ ਜਿਹੜੇ ਨਵੇਂ ਨੋਟਸ ਵਗੈਰਾ ਉਹ ਮੈਂ ਤਿਆਰ ਕਰਦਾ ਰਹੂੰਗਾ। ਸੋ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਜੇ ਵੀਡੀਓ ਚੰਗੀ ਲੱਗਦੀ ਹੈ ਤਾਂ।